ਮੈਨੂੰ ਅੱਜ ਸਵੇਰ ਦਾ ਮੈਂ ਦੁਕਾਨ ਤੇ ਬੈਠਾ ਸੀਗਾ ਜੀ ਤੇ ਦੁਕਾਨ ਤੇ ਬੈਠਾ ਮੈਨੂੰ 3 ਵਜੇ ਦੇ ਕਰੀਬ ਮੇਰੇ ਕੋਲ ਆਏ ਆਣ ਕੇ ਸਿੱਧੀਆਂ ਸ਼ਰੇਆਮ ਗੋਲੀਆਂ ਮਾਰੀਆਂ ਮੂੰਹ ਢੱਕੇ ਸੀ ਤੇ ਉਹਨਾਂ ਨੇ ਦੋ ਮੁੰਡੇ ਸੀਗੇ ਸਪਲੈਂਡਰ ਤੇ ਆਏ ਸੀ ਗੋਲੀਆਂ ਸਰ 7-8 ਚਲਾਈਆਂ ਉਹਨਾਂ ਨੇ ਫਾਇਰ ਜਿਹਦੇ ਵਿੱਚੋਂ 3 ਜਿੰਦਾ ਨਿਕਲੇ ਨੇ 4 ਚੱਲੀਆਂ ਹੋਈਆਂ ਨੇ ਤੇ ਮੇਰੀ ਦੁਕਾਨ ਦੇ ਸਾਹਮਣੇ ਸ਼ਰੇਆਮ ਮੈਨੂੰ ਮਾਰਨ ਦੇ ਤੌਰ ਤੇ ਆਏ ਸੀਗੇ ਉਹਨਾਂ 2 ਤਰੀਕ ਤੋਂ ਸਰ ਧਮਕੀਆਂ ਆ ਰਹੀਆਂ ਨੇ ਤੇ ਗੋਲੀ ਮਾਰਨ ਨੂੰ ਕਹਿੰਦੇ ਸੀਗੇ ਕਿ ਹਾਂ ਵੀ ਤੈਨੂੰ ਗੋਲੀਆਂ ਮਾਰ ਦੇਣੀਆਂ ਨੇ ਤਾਂ 15 ਲੱਖ ਰੁਪਏ ਦੇ ਦਿਓ ਤੇ ਹੁਣ ਮੈਂ ਫਿਰ ਥਾਣੇ ਗਿਆ ਥਾਣੇ ਜਾ ਕੇ ਮੈਂ ਸਰ ਕੰਪਲੇਂਟ ਲਿਖਾਈ ਕੰਪਲੇਂਟ ਲਿਖਵਾਈ ਉਹਨਾਂ ਨੇ ਇਕੱਲਾ ਬਿਆਨ ਲਿਖ ਲਏ ਲਿਖਣ ਤੋਂ ਬਾਅਦ ਬਿਆਨ ਲਿਖਣ ਤੋਂ ਬਾਅਦ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਦੇ ਸਰ ਮੇਰਾ ਨਾਮ ਜਤਿੰਦਰ ਸਪਰਾ ਜੀ ਕੀ ਘਟਨਾ ਜਿਹੜੀ ਹੈਗੀ ਅੱਜ ਵਾਪਰੀ ਘਟਨਾ ਸਰ ਮੈਨੂੰ ਨਾ 2 ਤਰੀਕ ਤੋਂ ਸਰ ਧਮਕੀਆਂ ਆ ਰਹੀਆਂ ਨੇ ਤੇ ਗੋਲੀ ਮਾਰਨ ਨੂੰ ਕਹਿੰਦੇ ਸੀਗੇ ਕਿ ਹਾਂ ਵੀ ਤੈਨੂੰ ਗੋਲੀਆਂ ਮਾਰ ਦੇਣੀਆਂ ਨੇ ਤਾਂ 15 ਲੱਖ ਰੁਪਏ ਦੇ ਦਿਓ ਤੇ ਹੁਣ ਮੈਂ ਫਿਰ ਥਾਣੇ ਗਿਆ ਥਾਣੇ ਜਾ ਕੇ ਮੈਂ ਸਰ ਕੰਪਲੇਂਟ ਲਿਖਾਈ ਕੰਪਲੇਂਟ ਲਿਖਵਾਈ ਉਹਨਾਂ ਨੇ ਇਕੱਲਾ ਬਿਆਨ ਲਿਖ ਲਏ ਲਿਖਣ ਤੋਂ ਬਾਅਦ ਬਿਆਨ ਲਿਖਣ ਤੋਂ ਬਾਅਦ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਮੁੜ ਕੇ ਫਿਰ ਉਸ ਤੋਂ ਬਾਅਦ ਮੁੜ ਕੇ 12 ਤਰੀਕ ਨੂੰ ਦੀਵਾਲੀ ਵਾਲੇ ਦਿਨ ਫਿਰ ਧਮਕੀ ਆਈ ਮੈਨੂੰ ਧਮਕੀ ਦੇ ਵਿੱਚ ਉਹਨੇ ਸਿੱਧਾ ਮੈਨੂੰ ਕਿਹਾ ਕਹਿੰਦਾ ਹੁਣ ਮੈਂ ਤੈਨੂੰ ਕੋਈ ਪੈਸਿਆਂ ਦੇ ਵੱਲੋਂ ਨਹੀਂ ਫੋਨ ਕੀਤਾ ਮੈਂ ਤੇਰੇ ਸਿਰਫ ਗੋਲੀਆਂ ਮਾਰਨੀਆਂ ਨੇ ਤੇਰੇ ਤੇ ਅੱਜ ਮੈਨੂੰ ਅੱਜ ਸਵੇਰ ਦਾ ਮੈਂ ਦੁਕਾਨ ਤੇ ਬੈਠਾ ਸੀਗਾ ਜੀ ਤੇ ਦੁਕਾਨ ਤੇ ਬੈਠਿਆ ਮੈਨੂੰ 3 ਵਜੇ ਦੇ ਕਰੀਬ ਮੇਰੇ ਕੋਲ ਆਏ ਆਣ ਕੇ ਸਿੱਧੀਆਂ ਸ਼ਰੇਆਮ ਗੋਲੀਆਂ ਮਾਰੀਆਂ ਮੂੰਹ ਢੱਕੇ ਸੀਗੇ ਉਹਨਾਂ ਨੇ ਪਿੰਡ ਦਾ ਮੁੰਡਾ ਜੀ ਸਰ ਤੇ 2 ਮੁੰਡੇ ਸੀਗੇ ਸਪਲੈਂਡਰ ਤੇ ਆਏ ਸੀ ਗੋਲੀਆਂ ਸਰ 7-8 ਚਲਾਈਆਂ ਉਹਨਾਂ ਨੇ ਫਾਇਰ ਜਿਹਦੇ ਵਿੱਚੋਂ 3 ਜਿੰਦਾ ਨਿਕਲੇ ਨੇ 4 ਚੱਲੀਆਂ ਹੋਈਆਂ ਨੇ ਤੇ ਮੇਰੀ ਦੁਕਾਨ ਤੇ ਸਾਹਮਣੇ ਸ਼ਰੇਆਮ ਮੈਨੂੰ ਮਾਰਨ ਦੇ ਤੌਰ ਤੇ ਆਏ ਸੀਗੇ ਸਰ ਜਿਹੜੀ ਪਹਿਲਾਂ ਕੰਪਲੇਂਟ ਕੀਤੀ ਸੀਗੀ ਉਹਦੇ ਵਿੱਚ ਸਰ ਅਜੇ ਤੱਕ ਕੁਝ ਨਹੀਂ ਕੀਤਾ ਪੁਲਿਸ ਨੇ ਉਸ ਤੋਂ ਬਾਅਦ ਮੁੜ ਕੇ ਜਦੋਂ ਪੁਲਿਸ ਨੂੰ ਅਸੀਂ ਆ 12 ਤਰੀਕ ਦੀ ਜਦੋਂ ਦੀਵਾਲੀ ਵਾਲੇ ਦਿਨ ਦੀ ਧਮਕੀ ਆਈ ਸੀ ਉਦੋਂ ਉਹਨਾਂ ਨੂੰ ਲਿਖਵਾਇਆ ਸੀਗਾ ਉਦੋਂ ਉਹਨਾਂ ਨੇ FIR ਪੱਕੀ ਕੀਤੀ ਉਸ ਤੋਂ ਬਾਅਦ ਉਹ ਕਹਿੰਦੇ ਸੀਗੇ ਕਿ ਅਸੀਂ ਕਾਰਵਾਈ ਕਰਾਂਗੇ ਉਸ ਤੋਂ ਬਾਅਦ ਮੈਨੂੰ ਕੋਈ ਰਿਜ਼ਲਟ ਨਹੀਂ ਪਤਾ ਲੱਗਾ ਕਿ ਹਾਂ ਵੀ ਕੁਝ ਉਹਨਾਂ ਨੇ ਕੀਤਾ ਹੋਵੇ ਜਾਂ ਜਿੱਦਾਂ ਵੀ ਆ ਜੋ ਵੀ ਆ ਗੈਂਗ ਦਾ ਤੇ ਸਰ ਮੈਂ ਕਹਿ ਨਹੀਂ ਸਕਦਾ ਬਾਕੀ ਪਛਾਣ ਸਰ ਇੰਨਾ ਮੈਨੂੰ ਪੱਕਾ ਵਾ ਕਿ ਸਰ ਸਾਡੇ ਪਿੰਡ ਦਾ ਮੁੰਡਾ ਵਾ ਤੇ ਪੁਲਿਸ ਵਾਲੇ ਕਰਨਗੇ ਪਛਾਣ ਸਰ ਬਾਕੀ ਪੁਲਿਸ ਵਾਲੇ ਕਾਰਵਾਈ ਕਰਦੇ ਕਿੱਦਾਂ ਕਰਦੇ ਕੀ ਦੇਖਦੇ ਆ ਹੁਣ ਕੀ ਲੱਗਦਾ ਜਿਹੜਾ ਕਿੱਦਾਂ ਦਾ ਬਿਜ਼ਨਸ ਹੈਗਾ ਤੁਹਾਡਾ ਡਾਈਟ ਨੇ ਕਿੰਨੇ ਰੁਪਈਆਂ ਦੀ ਕਮਾਈ ਕੀਤੀ ਸਰ ਬਿਜ਼ਨਸ ਸਾਡਾ ਕੀ ਸਰ ਸਵੇਰ ਦੇ ਜੋ ਅਸੀਂ ਕਮਾਈ ਦਾ ਸ਼ਾਮ ਨੂੰ ਉਹ ਖਾਲੀ ਦਾ ਸਾਡਾ ਬਿਜ਼ਨਸ ਸਰ ਕੀ ਹੈ ਕੁਝ ਵੀ ਨਹੀਂ ਸਰ ਬਿਜ਼ਨਸ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਆ ਸਾਡੀ ਸਾਹਮਣੇ ਦੁਕਾਨ ਆ ਸਿੱਧਾ ਸ਼ਰੇਆਮ ਆ ਦੇਖੋ ਫਾਇਰ ਕੀਤੇ ਹੋਏ ਨੇ ਤੇ ਮੰਨ ਲਓ 2 ਇੰਚ ਥੋੜਾ ਉੱਪਰ ਗੋਲੀ ਵੱਜਦੀ ਸਿੱਧੀ ਮੇਰੇ ਵੱਜਣੀ ਸੀਗੀ ਗੋਲੀ ਸਰ ਤੇ ਹੁਣ ਸਰ ਕੀ ਮੈਂ ਤੇ ਇਹੋ ਚਾਹੁੰਦਾ ਕਿ ਪੁਲਿਸ ਵੱਧ ਤੋਂ ਵੱਧ ਕਾਰਵਾਈ ਕਰੇ ਛੇਤੀ ਇਹਨਾਂ ਨੂੰ ਫੜੇ ਕਿ ਜਿਹੜਾ ਪੁਲਿਸ ਪ੍ਰੋਟੈਕਸ਼ਨ ਸਰ ਮੈਨੂੰ ਉਦੋਂ ਦੀ ਤੇ ਕੋਈ ਨਹੀਂ ਮਿਲੀ ਸੀਗੀ ਅੱਜ ਮੈਨੂੰ ਮਿਲੀ ਸੀ ਪੁਲਿਸ ਪ੍ਰੋਟੈਕਸ਼ਨ ਉਹ ਵੀ ਹੁਣੇ ਅਜੇ ਆਏ ਸਰ ਆ ਇੱਥੇ ਖੜੇ ਨੇ ਤੇ ਹੁਣ ਦੇਖੋ ਸਰ ਪੁਲਿਸ ਅੱਗੋਂ ਕੀ ਕਾਰਵਾਈ ਕਰਦੀ ਹੈ ਕੀ ਕਾਰਨ ਕੀ ਲੱਗਿਆ ਹੁਣ ਤੱਕ ਕੋਈ ਸਾਫ ਹੋਇਆ ਵੀ ਕਿਉਂ ਤੁਹਾਨੂੰ ਸਰ ਕਾਰਨ ਇਹ ਆ ਕਿ 2-2.5 ਮਹੀਨੇ ਪਹਿਲਾਂ ਸਰ ਮੇਰੇ ਨਾਲ ਕੁਝ ਲੜਾਈ ਹੋਈ ਸੀ ਉਹਦੇ ਭਤੀਜੇ ਦੇ ਨਾਲ ਉਹ ਸਿਗਰਟ ਦੀ ਇੱਕ ਡੱਬੀ ਲੈ ਕੇ ਗਿਆ ਸੀ ਮੇਰੇ ਕੋਲ ਦੁਕਾਨ ਤੋਂ ਤੇ ਉਹ ਕੈਮਰੇ ਤੇ ਰਿਕਾਰਡਿੰਗ ਉਹਨੂੰ ਵਿਖਾਈ ਵੀ ਸੀਗੀ ਕਿ ਤੂੰ ਲੈ ਗਿਆ ਹੋਇਆ ਉਹ ਕਹਿੰਦਾ ਮੈਂ ਨਹੀਂ ਲੈ ਕੇ ਗਿਆ ਉਹਦੇ ਤੌਰ ਤੇ ਉਹ ਮੈਨੂੰ ਗਾਲਾਂ ਗੁਲਾਂ ਕੱਢਣ ਲੱਗ ਪਿਆ ਕਹਿੰਦਾ ਮੈਂ ਨਹੀਂ ਕੈਮਰੇ ਦੀ ਰਿਕਾਰਡਿੰਗ ਵੇਖਣੀ ਇਹ ਜੋ ਉਸ ਤੋਂ ਬਾਅਦ ਚ ਮੁੜ ਕੇ ਸਰ ਹੱਥੋਂ ਪਾਈ ਹੋ ਗਿਆ ਮੇਰੇ ਨਾਲ ਉਹਦਾ ਕਰਕੇ ਫਿਰ ਸਰ ਹੱਥੋਂ ਪਾਈ ਹੁੰਦਿਆਂ ਜ਼ਿਆਦਾ ਵੱਧ ਗਈ ਗੱਲ ਜ਼ਿਆਦਾ ਵਧਣ ਦਾ ਕਰਕੇ ਫਿਰ ਮੈਂ ਪੁਲਿਸ ਥਾਣੇ ਸਗੋਂ ਕੰਪਲੇਂਟ ਲਿਖਾਣੀ ਸੀ ਪਰ ਮੈਂ ਲਿਖਾਈ ਨਹੀਂ ਮੈਂ ਕਿਹਾ ਪਿੰਡ ਦੀ ਗੱਲ ਆ ਕਿ ਚਲੋ ਆਪਾਂ ਰਹਿਣ ਦਿੰਨੇ ਕੋਈ ਚੱਕਰ ਵਾਲੀ ਗੱਲ ਨਹੀਂ ਵੀ ਚਲੋ ਲਾਗੇ ਘਰ ਆ ਕੋਈ ਗੱਲ ਨਹੀਂ ਪਰ ਬਾਅਦ ਚ ਮੁੜ ਕੇ ਸਰ ਜਦੋਂ ਮੈਨੂੰ 2 ਤਰੀਕ ਨੂੰ ਫੋਨ ਆਉਂਦਾ ਉਦੋਂ ਉਹਨਾਂ ਨੇ ਸ਼ਰੇਆਮ ਮੈਨੂੰ ਇਹੋ ਗੱਲ ਕਹੀ ਕਿ ਹਾਂ ਵੀ ਜਿਹੜਾ ਤੂੰ ਲੜਾਈ ਕੀਤੀ ਉਹਨਾਂ ਦੇ ਨਾਲ ਉਹਦਾ ਤੈਨੂੰ ਹਰਜਾਨਾ ਭਰਨਾ ਪੈਣਾ ਹੁਣ ਜਾਂ ਤੇ ਗੋਲੀ ਮਾਰ ਦੂੰਗਾ ਤੇਰੇ ਤੇ ਜਾਂ ਤੇ ਤੂੰ 15 ਲੱਖ ਰੁਪਈਆ ਮੈਨੂੰ ਦੇ ਦੇ 15 ਲੱਖ ਦੀ ਫਰੋਤੀ ਸਰ ਮੈਨੂੰ ਘੱਟੋ ਘੱਟ 5-6 ਦਿਨ ਮੈਨੂੰ ਫੋਨ ਕਰਦਾ ਰਿਹਾ ਲਗਾਤਾਰ ਮੈਨੂੰ ਮੈਂ 5-6 ਦਿਨ ਨਾਲ ਹੀ DSP ਸਾਹਿਬ ਦੇ ਨਾਲ SHO ਸਾਹਿਬ ਨੂੰ ਮੈਂ ਸਾਰੀ ਬਕਾਇਦਾ A to Z ਵੌਇਸ ਕਾਲ ਜਿਹੜੀ ਵਟਸਐਪ ਤੇ ਕਾਲ ਆਉਂਦੀ ਸੀ ਉਹਦੀ ਮੈਂ ਸਰ ਨਾਲ ਹੀ ਵੀਡੀਓ ਬਣਾ ਕੇ ਦੂਸਰੇ ਫੋਨ ਤੋਂ ਮੈਂ ਸਰ ਭੇਜਦਾ ਰਿਹਾ ਨਾਲ ਹੀ ਮੈਂ ਪੈਨ ਡਰਾਈਵ ਦੇ ਵਿੱਚ ਪਾ ਕੇ ਸਰ ਮੈਂ ਪੁਲਿਸ ਵਾਲਿਆਂ ਨੂੰ ਦਿੱਤੀ ਕਿ ਹਾਂ ਵੀ ਇਹਦੇ ਤੇ ਵੱਧ ਤੋਂ ਵੱਧ ਸਭ ਨੂੰ ਤਕੜਾ ਐਕਸ਼ਨ ਲਿਆ ਜਾਵੇ ਕਿ ਜੋ ਕੱਲ ਨੂੰ ਮੇਰੇ ਤੇ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਉਹਦੇ ਤੇ ਇਹਨਾਂ ਦਾ ਪਰਿਵਾਰ ਤੇ ਇਹ ਆਪ ਖੁਦ ਜਿੰਮੇ ਹਾਂਜੀ ਕਾਰਵਾਈ ਸਰ ਕਰਦੇ ਪਏ ਹਜੇ ਵੀ ਕਰਦੇ ਪਏ ਪੁਲਿਸ ਵਾਲੇ ਕਰਦੇ ਪਏ ਨਾਲ ਨਾਲ ਜਾਣਕਾਰੀ ਦਿੱਤੀ ਫਿਰ ਹਾਂਜੀ ਉਸੇ ਵੇਲੇ ਸਰ SHO ਸਾਹਿਬ ਪਹੁੰਚੇ ਨੇ ਜਦੋਂ SHO ਸਾਹਿਬ ਨੂੰ ਬਰਾਮਦ ਸਰ 7 ਹੋਏ ਜਿਨ੍ਹਾਂ ਦੇ ਵਿੱਚੋਂ 3 ਜਿੰਦਾ ਸੀਗੇ ਤੇ 4 ਚੱਲੇ ਹੋਏ ਸੀਗੇ
जी अज करीब सवा तीन साढ़े तीन बजे की गल है, दो लड़के जिहड़ा विक्टिम है उहदे अनुसार वह आए ने इहदी शॉप के उत्ते और इहदे उत्ते जिहड़ा फायर करके गए ने। यह गल जिहड़ी शुरुआत हुई है करीब दो महीने पहलां, एक जिहड़ा साडा नॉमीनेटेड दोषी हैगा दलजीत सिंह पुत्र तरसेम लाल तरसेम सिंह उहदे भतीजे दे नाल इहदी एक सिगरट की पैकेट तो लैके अल्टरकेशन हुई सी, बहस हुई सी कि तू डबल पैसे लै लिया, तू छोटी जी गल तो इन्हां दी जिहड़ी है वह कई सुनी हुई सी, वह मामला उदों शांत हो गया सीगा। पर उस तों बाद जिहड़ा दलजीत सिंह पुत्र तरसेम सिंह है उहने इहनूं थ्रैट करना शुरू कर दिता कि मैनूं तू पैसे दे, ते वेयर एज इहदी जिहड़ी शॉप है और इन्हां दा जिहड़ा बाकी जिहड़ा इन्हां दा बहुत वड्डा कोई कारोबार नहीं हैगा, इह समॉल शॉप इत्थे चला रहे ने पिंड दे विच, और असल दे विच इन्हां दी वजह जिहड़ी आ उह सिगरट दी इक डब्बी तों ही शुरू होई है जिहड़ी वधदी वधदी इस लैवल तक आ गई है। असीं पहलां वी इहते रजिस्टर एफ आई आर कीती सीगी और फिर असीं इहदा जिहड़ा अंडर रेलिवेंट सैक्शन से इहदे उत्ते वी एफ आई आर दर्ज करांगे और छेती तों छेती असीं फड़ लांगे साडा जिहड़ा दोषी सानूं पता कौन है और नॉमीनेटेड हैगा और वह पिछले 8-10-12 सालों तो अपने घर नहीं रह रहा और वो घरों भी सानू वो बारे अजे कोई पुख्ता इंतजाम नहीं मिले, और जोड़े फोनों तो उन्हें पहला थ्रेड कॉल्स कीतिया ने वट्सएप वर्चुअल नंबर तो कीतिया सगिया जिन्होंने बारे क्योंकि वो वट्सएप तो कॉल करने तो बाद उस वे उस वट्सएप डिलीट कर दिता सगा, वट्सएप असी रबता किया, उन्होंने साड़ी रिक्वेस्ट डिकलाइन किया क्योंकि उन्होंने को जोड़ा नंबर है एग्जिस्ट नहीं करता। तो असी हूँ मौके के उत्ते साड़ी थाना ब्यास की पुलिस जी है मौके के उत्ते, मैं आप भी मौके देखने आया और असी जल्दी तो जल्दी इन ट्रेस करना। मुकदमा साडा दर्ज है पिछले महीने का ही दर्ज है, उस तों बाद जिहड़ी अज जिहड़ी है सानू मौके दे उत्ते जो बरामदगी हुई है चार खोल बरामद होए ते तीन जिहड़े ने राउंड जिहड़े बरामद होए मौके दे। अज जिहड़े ने इन्हां दे कहण मुताबिक कि दो जने आए ने, एक ने फायर किया ते दूसरा मोटरसाइकिल चला रहा सी। शुरुआती जांच दे विच इस पासों दस रहे ने कि बुढ़ा थे पिंड वालों आए ने और इस पासे नूं गए, असीं उन्हां दा जिहड़ा रूट ट्रैक कर रहे हैं और रूट ट्रैक करके जिहड़े रस्ते च असीं सीसीटीवी कैमरे की मदद भी लवांगे और जिहड़े साडे सस्पेक्ट ने उन्हां नूं असीं राउंड अप करके पुछगिछ करांगे। सर जिहड़ा इहदे विच हुण कोई केस रजिस्टर कर लिया गया? हाँ जी, इहदे विच वी आर रजिस्टरिंग द केस, रजिस्टर कर लिया। ਅਸੀਂ 307 ਦੀ ਪਰਚਾ ਦੇਵਾਂਗੇ ਜੀ, 307 ਦੇ ਵਿੱਚ 2554-59 ਚ ਪਰਚਾ ਦੇਵਾਂਗੇ। ਠੀਕ ਹੈ, ਉਹਨਾਂ ਵੱਲੋਂ ਕੋਈ ਪ੍ਰੋਟੈਕਸ਼ਨ ਨਹੀਂ ਜੜ ਦਿੱਤਾ ਗਿਆ? ਨਹੀਂ, ਅਜੇ ਫਿਲਹਾਲ ਆਪਾਂ ਅਸੀਂ ਇਹਦੇ ਉੱਤੇ ਜ਼ਰੂਰ ਸੋਚ ਰਹੇ ਹਾਂ, ਸਾਡੇ ਵੱਡੇ ਜਿਹੜੇ ਆਲਾ ਅਧਿਕਾਰੀ ਨੇ ਉਹਨਾਂ ਦੇ ਨਾਲ ਇਸ ਮਾਮਲੇ 'ਚ ਗੱਲ ਹੋ ਰਹੀ ਆ ਔਰ ਜਿਸ ਤਰ੍ਹਾਂ ਹੀ ਸਾਨੂੰ ਨੋਟ ਮਿਲ ਜਾਏਗੀ ਕਲੀਅਰੈਂਸ ਹੋ ਜਾਏਗੀ ਅਤੇ ਐਪਰੋਪਰੀਏਟ ਨੀਤੀਆਂ ਜਿਹੜੀਆਂ ਕੀਤੀ ਜਾਣ ਲੱਗਦਾ। ਜੰਡਿਆਲੇ ਦੇ ਵਿੱਚ ਵੀ ਕੱਲ੍ਹ ਫਾਇਰਿੰਗ ਹੋਈ ਸੀਗੀ, ਇੱਕ ਡੈਥ ਹੋਈ ਆ, ਅੱਜ ਫਿਰ ਇਸ ਬਾਜ਼ਾਰ ਦੇ ਵਿੱਚ ਉਹ ਜੰਡਿਆਲੇ ਦੇ ਵਿੱਚ ਵੀ ਜਿਹੜੀ ਫਾਇਰਿੰਗ ਹੋਈ ਆ ਉਹ ਵੀ ਉਹਨਾਂ ਦੀ ਨਿੱਜੀ ਰੰਜਿਸ਼ ਸੀਗੀ ਆਪਸ ਦੇ ਵਿੱਚ ਛੋਟੀ ਜਿਹੀ ਗੱਲ ਤੋਂ ਆਪਸ 'ਚ ਲੰਘਣ ਤੋਂ ਸੜਕ ਤੋਂ ਲੰਘਣ ਤੋਂ ਛੋਟੀ ਜਿਹੀ ਗੱਲ ਤੋਂ ਲੜਾਈ ਹੋਈ ਹੈ, ਉਹ ਲੜਾਈ ਜਿਹੜੀ ਹੈ ਉਸ ਲੈਵਲ ਤੱਕ ਚਲੀ ਗਈ ਔਰ ਉਹਦੇ 'ਚ ਵੀ ਸਾਡੇ ਜਿਹੜੇ ਦੋਸ਼ੀ ਨੇ ਨੋਮੀਨੇਟਡ ਨੇ ਔਰ ਉਹਦੇ ਵਿੱਚ ਵੀ ਬਹੁਤ ਜਲਦੀ ਅਸੀਂ ਉਹਨੂੰ ਵੀ ਟਰੇਸ ਕਰ ਲੈਣਾ ਅਤੇ ਇਹ ਵੀ ਸਾਡਾ ਦੋਸ਼ੀ ਸਾਨੂੰ ਪਤਾ ਇਹਦੇ ਵਿੱਚ ਵੀ ਕੌਣ ਹੈ ਔਰ ਇਹਨੂੰ ਵੀ ਬਹੁਤ ਜਲਦੀ ਅਸੀਂ ਗ੍ਰਿਫਤਾਰ